ਸਸਿਕਲ ਦੋਸਤੋ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਡਾਰੀ ਵਿਦੇਸ਼ਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਬਹੁਤ ਸਾਰੀਆਂ ਨਿਊਜ਼ ਫਲੈਸ਼ ਹੋ ਰਹੀਆਂ ਨੇ ਵੱਖ-ਵੱਖ ਮੀਡੀਆ ਪਲੇਟਫਾਰਮਸ ਰਾਹੀਂ ਤੁਸੀਂ ਦੇਖ ਰਹੇ ਹੋ ਕਿ ਕੈਨੇਡਾ ਨੇ ਵਰਕ ਪਰਮਿਟ ਬੰਦ ਕਰਤੇ ਆ ਕੈਨੇਡਾ ਨੇ ਜਿਹੜੀਆਂ ਐਲ ਐਮ ਆਈਜ਼ ਮਿਲਦੀਆਂ ਉਹ ਬੰਦ ਕਰਤੀਆਂ ਬਹੁਤ ਵੱਡੇ ਵੱਡੇ ਚੇਂਜਿੰਗ ਆ ਗਿਆ ਵਿਸਟਰ ਵੀਜ਼ਾ ਵਾਲਿਆਂ ਨੂੰ ਵਰਕ ਵੀਜ਼ਾ ਨਹੀਂ ਮਿਲਣਾ ਇਹ ਸਾਰੀਆਂ ਨਿਊਜ਼ ਦਾ ਕੀ ਸੱਚ ਹੈ ਕਿਹੜੇ ਕਿਹੜੇ ਸਟੂਡੈਂਟ ਨੇ ਜਿਹੜੇ ਵੀਜ਼ਾ ਲੈ ਸਕਦੇ ਆ ਔਰ ਕਿਹੜੇ ਕਿਹੜੇ ਵਿਸਟਰ ਜਿਹੜੇ ਹੈਗੇ ਉੱਥੇ ਪਹੁੰਚੇ ਹੋਏ ਆ ਉਹ ਕਿਵੇਂ ਵੀਜ਼ਾ ਲੈ ਸਕਦੇ ਆ ਬਹੁਤ ਸਾਰੀਆਂ ਆਪ ਉਹੀ ਸਵਾਲ ਹੈ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ ਤੁਸੀਂ ਕਾਲ ਵੀ ਕਰ ਸਕਦੇ ਹੋ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਨਾਲ ਖਾਸ ਤੌਰ ਤੇ ਨੇ ਗੁਰਪ੍ਰੀਤ ਕੌਰ ਬਾਠ ਮੈਮ ਕ੍ਰੀਏਟਿਵ ਫਿਊਚਰ ਕਾਉਂਸਲਿੰਗਾ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਮੈਂ ਸਭ ਤੋਂ ਪਹਿਲਾਂ ਆਪਾਂ ਇੱਕ ਨਿਊਜ਼ ਬੜੀ ਫਲੈਸ਼ ਹੋ ਰਹੀ ਹੈ ਪਿਛਲੇ 2 ਦਿਨਾਂ ਤੋਂ 3 ਦਿਨਾਂ ਤੋਂ ਕਿ ਕੈਨੇਡਾ ਨੇ ਵਿਸਤਰ ਵਾਲੇ ਜਿਹੜੇ ਵਿਸਤਰ ਤੇ ਗਏ ਹੋਏ ਉਹ ਵਰਕ ਪਰਮਿਟ ਨਹੀਂ ਲੈ ਸਕਦੇ ਔਰ ਅੱਗੇ ਐਲ ਐਮ ਆਈ ਇਸ ਜਿਹੜੀਆਂ ਨੇ ਉਹ ਬੰਦ ਕਰਤੀਆਂ ਲੋ ਵੇਜਿਸ ਵਾਲੀਆਂ ਤੇ ਹੋਰ ਕਾਫੀ ਚੇਂਜਿੰਗ ਇਸ ਤਰ੍ਹਾਂ ਦੇ ਆ ਰਹੇ ਵੀ ਕੈਨੇਡਾ ਨੇ ਵਰਕ ਪਰਮਿਟ ਨਹੀਂ ਬੰਦ ਕਰਤਾ ਤੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਮਤਲਬ ਨਿਊਜ਼ ਇਸ ਤਰ੍ਹਾਂ ਫਲੈਸ਼ ਹੋ ਰਹੀਆਂ ਕੈਨੇਡਾ ਜਾਣ ਵਾਲਿਆਂ ਲਈ ਮੰਦਭਾਗੀ ਖਬਰ ਕੈਨੇਡਾ ਜਾਣ ਵਾਲਿਆਂ ਦੀਆਂ ਮੁਸ਼ਕਲਾਂ ਵਧੀਆਂ ਕੈਨੇਡਾ ਵਿਜ਼ਟਰ ਵੀਜ਼ਾ ਵਾਲੇ ਹੁਣ ਅੱਗੇ ਵੀਜ਼ਾ ਆਪਣਾ ਜਿਹੜਾ ਕਨਵਰਟ ਨਹੀਂ ਕਰਵਾ ਸਕਦੇ ਇਹ ਜਿਹੜੀਆਂ ਹੈਡਿੰਗਸ ਪੈ ਰਹੀਆਂ ਐ ਐਕਚੁਅਲ ਕੀ ਇਸ ਚੀਜ਼ ਹੈ ਪਲਵਿੰਦਰ ਜੀ ਜੋ CIC ਦੀ ਨਿਊ ਅਪਡੇਟ ਆ ਜਿਹਨੂੰ ਆਪਾਂ ਨਿਊਜ਼ ਨਹੀਂ ਕਵਾਂਗੇ ਜਿਹੜੀ ਇਹਨਾਂ ਚੀਜ਼ਾਂ ਨੂੰ ਅਸੀਂ ਅਪਡੇਟ ਕਰਾਂਗੇ ਪਰ ਜੋ ਫਲੈਸ਼ ਹੋ ਰਹੀਆਂ ਇਸ ਚੀਜ਼ਾਂ ਨੂੰ ਨਿਊਜ਼ ਬਣਾ ਕੇ ਅਲੱਗ-ਅਲੱਗ ਮੀਡੀਆ ਦੇ ਤੇ ਦਿਖਾਇਆ ਜਾ ਰਿਹਾ ਇਹਦੇ ਵਿੱਚ ਇਹ ਕੀਤਾ ਉਹਨਾਂ ਨੇ ਕਿ ਜਿਹੜੇ ਕੋਵਿਡ ਟਾਈਮ ਟੂਰਿਸਟ ਵੀਜ਼ਾ ਤੇ ਜਾਂਦੇ ਸੀਗੇ ਕਿ ਆਨਲਾਈਨ ਆਪਣੀ ਫਾਈਲ ਨੂੰ ਪ੍ਰੋਸੈਸ ਕਰ ਸਕਦੇ ਸੀਗੇ ਤੇ ਕੋਵਿਡ ਤੋਂ ਬਾਅਦ ਇਹ ਕੰਟੀਨਿਊਸਲੀ ਰਿਹਾ ਕਿ ਉਹ ਆਪਣੀ ਜਿਹੜੀ ਫਾਈਲ ਆ ਆਨਲਾਈਨ ਪ੍ਰੋਸੈਸ ਕਰ ਸਕਦੇ ਆ ਪਰ ਪਹਿਲਾਂ ਵਿਜ਼ਟਰ ਵਾਲਾ ਕੋਵਿਡ ਤੋਂ ਪਹਿਲਾਂ ਜਾਂਦਾ ਸੀਗਾ ਉਹ ਹਮੇਸ਼ਾ ਜਦੋਂ ਵੀ ਵੀਜ਼ਾ ਲਾਂਦਾ ਸੀ ਫਲੈਗ ਪੂਲਿੰਗ ਦੇ ਥਰੂ ਲੈਂਦਾ ਸੀ ਇਟ ਮੀਨਸ ਉਹਨੂੰ ਫਿਜ਼ੀਕਲੀ ਆਪਣੀ ਫਾਈਲ ਬਾਰਡਰ ਤੇ ਲੈ ਕੇ ਜਾਣੀ ਪੈਂਦੀ ਸੀ ਬਾਰਡਰ ਤੇ ਜਾ ਕੇ ਉਹ ਆਪਣਾ ਆਪਣੇ ਆਪ ਨੂੰ ਉੱਥੇ ਆਪਣੀ ਫਾਈਲ ਰੱਖਦਾ ਸੀ ਉਹਦੀ ਜੋ ਵੀ ਇੰਟਰਵਿਊ ਜੋ ਨੂੰ ਪੁੱਛਿਆ ਜਾਂਦਾ ਸੀ ਉੱਥੇ ਸਵਾਲ ਦੇ ਜਵਾਬ ਦੇਣੇ ਪੈਂਦੇ ਸੀਗੇ ਵੀਜ਼ਾ ਆਫੀਸਰ ਨੂੰ ਲੱਗਦਾ ਸੀਗਾ ਕਿ ਇਹ ਵਿਜ਼ਟਰ ਵੀਜ਼ਾ ਤੇ ਜੈਨੂਇਨ ਬੰਦਾ ਆਇਆ ਇੱਥੇ ਆ ਕੇ ਇਹਨੇ ਲੀਮੀਆਂ ਲਈ ਹੈ ਇਹਨਾਂ ਜੋ ਵੀ ਉਹਨੇ ਆਪਣੀ ਆਈਟਿਨਰੀ ਬਣਾਈ ਹੁੰਦੀ ਸੀ ਉਹਦੇ ਸਾਹਮਣਾਂ ਉਹਦਾ ਵੀਜ਼ਾ ਸਟੈਂਪ ਹੋ ਜਾਂਦਾ ਸੀ ਜਾਂ ਰਿਜੈਕਟ ਹੋ ਜਾਂਦਾ ਸੀ ਤੇ ਇਹ ਫਲੈਗ ਪੋਲਿੰਗ ਜਿਹੜੀ ਆ ਵਿੱਚ ਦੀ ਕੋਵਿਡ ਦੌਰਾਨ ਜਿਆਦਾ ਲੋਕਾਂ ਨੇ ਫੋਲੋ ਨਹੀਂ ਕੀਤੀ ਔਰ ਸਟੂਡੈਂਟ ਦੇ ਲਈ ਫਲੈਗ ਪੋਲਿੰਗ ਜਿਹੜੀ ਆ ਉਹ ਬੰਦ ਕਰ ਦਿੱਤੀ ਸੀਗੀ ਜਿਹੜਾ ਕਿਉਂ ਬੰਦ ਕੀਤੀ ਸੀ ਕਿਉਂਕਿ ਉੱਥੇ ਬਹੁਤ ਜ਼ਿਆਦਾ ਉਹਨਾਂ ਕੋਲ ਰਸ਼ ਸੀਗਾ ਉਹਨਾਂ ਦਾ ਜਿਹੜਾ ਉੱਥੋਂ ਜਿਹੜਾ ਵੀ ਉੱਥੋਂ ਟਰੱਕ ਵਗੈਰਾ ਜਾਂਦੇ ਆ ਉਹਨਾਂ ਦੀ ਇਨ ਆਊਟ ਦਾ ਕੰਮ ਉੱਥੇ ਬਹੁਤ ਜ਼ਿਆਦਾ ਉਹਨਾਂ ਕੋਲ ਕੰਮ ਵੱਧ ਗਿਆ ਸੀ ਇਸ ਕਰਕੇ ਸਟੂਡੈਂਟਸ ਦੇ ਲਈ ਉਹਨਾਂ ਨੇ ਪ੍ਰੋਸੈਸ ਆਨਲਾਈਨ ਰਹਿਣ ਦਿੱਤਾ ਸੀਗਾ ਬਟ ਹੁਣ ਕੀ ਹੈ ਹੁਣ ਵਿਜ਼ਟਰ ਵੀਜ਼ਾ ਵਾਲਿਆਂ ਦੇ ਲਈ ਜਿਹੜਾ ਫਲੈਗ ਪੋਲਿੰਗ ਇਸ ਸਿਸਟਮ ਨੂੰ ਅਸੀਂ ਫਾਲੋ ਕਰਾਂਗੇ ਇਹ ਨਹੀਂ ਆ ਕਿ ਜਿਹੜਾ ਵਿਜ਼ਟਰ ਵੀਜ਼ਾ ਤੇ ਜਾਏਗਾ ਉਹਨੂੰ ਵਰਕ ਪਰਮਿਟ ਹੀ ਨਹੀਂ ਮਿਲਣਾ ਜਾਂ ਕਨਵਰਟ ਹੀ ਨਹੀਂ ਹੋਣਾ ਉੱਤੇ ਇਹ ਸਾਰੀਆਂ ਜਿਹੜੀਆਂ ਨਿਊਜ਼ ਐ ਇਦੇ ਉੱਤੇ ਪਹਿਲਾਂ ਤੋਂ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਧਿਆਨ ਨਾ ਦੇਖੀਏ ਕਿ ਸੀਆਈਸੀ ਦੀ ਜਿਹੜੀ ਹੈ ਨਿਊਜ਼ ਨਹੀਂ ਹੈ ਨਿਊ ਅਪਡੇਟ ਹੈ ਜਿਵੇਂ ਕੋਈ ਵੀ ਡਿਪਾਰਟਮੈਂਟ ਦੇ ਵਿੱਚ ਅਸੀਂ ਕੋਈ ਅਪਡੇਟੇਸ਼ਨ ਕਰਦੇ ਹਾਂ ਉਹਨੂੰ ਆਪਾਂ ਅਪਡੇਟ ਕਹਿ ਸਕਦੇ ਹਾਂ ਇਸ ਚੀਜ਼ ਨੂੰ ਆਪਾਂ ਰਿਪਰੈਜ਼ੈਂਟ ਨਿਊਜ਼ ਦੇ ਨਜ਼ਰੀਏ ਨਾਲ ਨਹੀਂ ਦੇਖਾਂਗੇ ਔਰ ਕੈਨੇਡਾ ਨੂੰ ਲੈ ਕੇ ਪਿੱਛੇ ਜੇ ਬਹੁਤ ਮਤਲਬ ਨੱਕ ਜਿਆਦਾ ਅਸੀਂ ਚੱਕ ਲਿਆ ਕਿ ਹਰ ਜੇ ਕੋਈ ਵੀ ਅਪਡੇਟ ਆਂਦੀ ਆ ਜਾਂ ਉਹਨਾਂ ਦੇ ਲੀਡਰ ਵੱਲੋਂ ਕੋਈ ਵੀ ਬਿਆਨ ਦਿੱਤਾ ਜਾਂਦਾ ਅਸੀਂ ਮੋੜ ਤੋੜ ਕੇ ਉਹਨੂੰ ਬੜੇ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਆ ਤੇ ਸਾਡਾ ਸਟੂਡੈਂਟ ਜਿਹੜਾ ਇਸ ਵਾਰ ਘਟ ਵੀ ਗਿਆ ਉਹਦੇ ਕਰਕੇ ਵੀ ਜਿਹੜਾ ਸਟੂਡੈਂਟ ਦਾ ਘਟ ਜਾਂਦਾ ਰੀਜ਼ਨ ਵੀ ਇਹ ਸੀਗਾ ਕਿ ਬੈਕ ਟੂ ਬੈਕ ਉਹਦੇ ਕੋਲ ਇਹ ਚੀਜ਼ਾਂ ਨਿਊਜ਼ ਬਣ ਕੇ ਤੋੜ ਮਰੋੜ ਕੇ ਭੇਜੀਆਂ ਜਾਂਦੀਆਂ ਸੀ ਔਰ ਕੋਈ ਵੀ ਕਿਸੇ ਤਰ੍ਹਾਂ ਦੀ ਉੱਥੇ ਜਿਹੜੀ ਇਹ ਚੇਂजेस ਨਹੀਂ ਹੋਈ ਕਿ ਵਿਜ਼ਟਰ ਵੀਜ਼ਾ ਵਾਲਾ ਉੱਥੇ ਵਰਕ ਪਰਮਿਟ ਜਿਹੜਾ ਉਹ ਕਨਵਰਟ ਨਹੀਂ ਕਰਾ ਸਕਦਾ ਬਿਲਕੁਲ ਕਰਾ ਸਕਦਾ ਹੈ ਫਲੈਗ ਪੋਲਿੰਗ ਮਤਲਬ ਤੁਸੀਂ ਬਾਰਡਰ ਤੇ ਜਾਓਗੇ ਉੱਥੇ ਜਾ ਕੇ ਤੁਸੀਂ ਆਪਣਾ ਜਿਹੜਾ ਹੈ ਆਪਣੀ ਫਾਈਲ ਸਬਮਿਟ ਕਰੋਗੇ ਉੱਥੇ ਹੌਨ ਦਾ ਸਪੋਰਟ ਜਿਹੜਾ ਹੈ ਤੁਹਾਨੂੰ ਰਿਜੈਕਸ਼ਨ ਜਾਂ ਵੀਜ਼ਾ ਦੋਨੋਂ ਦੇ ਵਿੱਚੋਂ ਜੋ ਵੀ ਉੱਥੇ ਵੀਜ਼ਾ ਅਫੀਸਰ ਦਾ ਡਿਸੀਜਨ ਹੋਊਗਾ ਉਹਦੇ ਅਕੋਰਡਿੰਗਲੀ ਹੋਊਗਾ ਜਿਹੜੀ ਤੁਸੀਂ ਲੀਮੀਆਂ ਦੀ ਗੱਲ ਕਰ ਰਹੇ ਹੋ ਕਿ ਲੋ ਵੇਜਿਸ ਲੀਮੀਆਂ ਜਿਹੜੀਆਂ ਇੱਕ ਸਾਲ ਦੀ ਲੀਮੀਆਂ ਲਾ ਲੋ ਜਾਂ ਲੋ ਵੇਜਿਸ ਲੀਮੀਆਂ ਨੂੰ ਜਿਹੜਾ ਵਰਕ ਪਰਮਿਟ ਹੈ ਉਹ ਨਹੀਂ ਮਿਲੂਗਾ ਐਵੇਂ ਦੀਆਂ ਬੜੀਆਂ ਨਿਊਜ਼ ਨੇ ਕੋਈ ਵੀ ਆਫਰ ਲੈਟਰ ਦਿੰਦਾ ਹੈ ਤੁਹਾਨੂੰ ਲੀਮੀਆਂ ਦਿੰਦਾ ਹੈ ਉਹ ਤੁਹਾਡੀ ਜੌਬ ਸ਼ਾਰਟੀ 1 ਸਾਲ ਦੀ ਲਏਗਾ ਜਾਂ 2 ਸਾਲ ਦੀ ਲਏਗਾ ਇਹਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਆ ਲੀਮੀਆਂ ਜਿਹੜੀ ਆ ਪਹਿਲਾਂ ਵੀ 1 ਸਾਲ ਦੀ ਇਸ਼ੂ ਹੁੰਦੀ ਸੀ ਜਾਂ 2 ਸਾਲ ਦੀ ਇਸ਼ੂ ਹੁੰਦੀ ਸੀਗੀ ਉਹਦੇ ਬੇਸ ਤੇ ਤੁਹਾਨੂੰ ਵਰਕ ਪਰਮਿਟ ਮਿਲਦਾ ਸੀਗਾ ਜੇ ਲੀਮੀਆਂ ਕੋਈ ਵੀ EMPLOYER ਤੁਹਾਨੂੰ 1 ਸਾਲ ਦੀ ਦੇ ਰਿਹਾ ਹੈ ਉਕਸਟੈਂਡੇਬਲ ਆ ਉਹ ਅਗਲੇ ਸਾਲ ਵੀ ਤੁਹਾਨੂੰ 1 ਸਾਲ ਬਾਅਦ ਵੀ ਆਪਣਾ EMPLY ਜਿਹੜਾ ਹੈ ਉਹ ਕੰਟੀਨਿਊ ਕਰਾ ਸਕਦਾ ਹੈ ਇਹਦੇ ਵਿੱਚ ਤਾਂ ਵੀਜ਼ਾ ਆਫੀਸਰ ਤੁਹਾਨੂੰ ਕੋਈ ਸਵਾਲ ਪੁੱਛ ਹੀ ਨਹੀਂ ਸਕਦਾ ਤੁਹਾਡੇ ਕੋਲ ਸਿਰਫ ਲੀਮੀਆਂ ਹੋਣੀ ਚਾਹੀਦੀ ਹੈ 1 ਸਾਲ ਦੀ ਉਹਦੇ ਬੇਸ ਤੇ ਤੁਹਾਡਾ ਵਰਕ ਪਰਮਿਟ ਜਿਹੜਾ 2 ਸਾਲ ਦਾ ਕਨਵਰਟ ਹੋ ਜਾਂਦਾ ਹਾਂ ਇਹ ਹੋ ਸਕਦਾ ਉਹਦੇ ਵਿੱਚ ਕੰਡੀਸ਼ਨ ਪਾਈ ਜਾਵੇ ਕਿ 1 ਸਾਲ ਬਾਅਦ ਅੰਬੈਸੀ ਵੱਲੋਂ ਤੁਹਾਡੀ ਮੇਲ ਤੁਹਾਨੂੰ ਮੇਲ ਆਵੇ ਕਿ ਅਗਲੀ ਲੀਮੀਆਂ ਜਿਹੜੀ ਤੁਹਾਡੀਆਂ ਉਹ ਅਪਡੇਟ ਕਰੋ ਤੇ ਇਸ ਕਰਕੇ ਜਿਹੜੀਆਂ ਇਹ ਅਪਡੇਸ਼ਨ ਨੇ ਇਹਨਾਂ ਨੂੰ ਜ਼ਿਆਦਾ ਆਪਾਂ ਉਹਦੇ ਵਿੱਚ ਰਿਪਰੈਜ਼ੈਂਟ ਨਾ ਕਰੀਏ ਕਿ ਕੈਨੇਡਾ ਸਖਤੀ ਵਰਤ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਵੀਜ਼ੇ ਨਹੀਂ ਦਊਗਾ ਹਮੇਸ਼ਾ ਫਿਲਟਰ ਲਾ ਕੇ ਹੀ ਹਰ ਕੰਟਰੀ ਜਿਹੜਾ ਵੀਜ਼ਾ ਦਿੰਦਾ ਹੈ ਜਿਹੜਾ ਜੈਨੂਇਨ ਸਟੂਡੈਂਟ ਆ ਜੈਨੂਇਨ ਕੈਂਡੀਡੇਟ ਆ ਉਹਨੂੰ ਵੀਜ਼ਾ ਮਿਲਦਾ ਹੈ ਜੇ ਉਹਦੇ ਵਿੱਚ ਕੋਈ ਸੇ ਵੀ ਤਰ੍ਹਾਂ ਦੀ ਮੈਨਿਪੂਲੇਸ਼ਨ ਆ ਉਹਨਾਂ ਨੂੰ ਲੱਗਦਾ ਹੈ ਕਿ ਕੈਪੇਬਲ ਕੈਂਡੀਡੇਟ ਨਹੀਂ ਆ ਜੋ ਨੇ ਦੱਸਿਆ ਜਾਂ ਐਡਮਿਸ਼ਨ ਲਈਆ ਜਾਂ ਉਹ ਲੀਮੀਆਂ ਦਿਖਾ ਰਿਹਾ ਹੈ ਜਾਂ ਇਥੇ ਐਕਸਪੀਰੀਅੰਸ ਦਿਖਾ ਰਿਹਾ ਜਦੋਂ ਕੈਪੇਬਲ ਨਹੀਂ ਹੁੰਦਾ ਉਦੋਂ ਰਿਜੈਕਸ਼ਨਸ ਆਉਂਦੀਆਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਵੀ ਕੰਟਰੀ ਵੱਲੋਂ ਸਖਤੀ ਨਹੀਂ ਹੋਈ ਸ਼ੁਰੂ ਤੋਂ ਦੇਖ ਲੋ ਹੁਣ ਤੱਕ ਸਾਡਾ ਇੱਥੋਂ ਤੋਂ ਉੱਥੇ ਜਿਹੜਾ ਸਟੂਡੈਂਟ ਵੀ ਜਾਂਦਾ ਰਿਹਾ ਅਸੀਂ ਕੰਮ ਦੇ ਲਈ ਵੀ ਜਾਂਦੇ ਰਹੇ ਹਾਂ ਬਹੁਤ ਸਾਰਾ ਕੈਂਡੀਡੇਟ ਪੰਜਾਬ ਤੋਂ ਜਿਹੜਾ ਇੰਡੀਆ ਤੋਂ ਬਲਕਿ ਉੱਥੇ ਵਸਿਆ ਹੋਇਆ ਕੈਨੇਡਾ ਦੇ ਵਿੱਚ ਤੇ ਕਿਸੇ ਵੀ ਕੰਟਰੀ ਵੱਲੋਂ ਉੱਥੇ ਐਵੇਂ ਦੀ ਬਿਆਨਬਾਜ਼ੀ ਜਿਹੜੀ ਨਹੀਂ ਕੀਤੀ ਜਾਊਗੀ ਕਿ ਇਹ ਨਹੀਂ ਹੋਊਗਾ ਯਾਨੀ ਕਿਉਂਕਿ ਇਹ ਸ਼ੁਰੂ ਤੋਂ ਚੀਜ਼ਾਂ ਚੱਲ ਰਹੀਆਂ ਅਸੀਂ ਮੈਨੂੰ ਲੱਗਦਾ ਇਸ ਇੰਡਸਟਰੀ ਦੇ ਵਿੱਚ 14-15 ਸਾਲ ਤੋਂ ਇਹ ਚੀਜ਼ਾਂ ਦੇਖ ਰਹੇ ਹਾਂ ਤੇ ਕੰਟੀਨਿਊਸਲੀ ਇਹ ਚੀਜ਼ਾਂ ਕਦੀ ਵੀ ਚੇਂਜ ਨਹੀਂ ਹੋਈਆਂ ਹਾਂ ਥੋੜਾ ਬਹੁਤ ਪੇਪਰ ਵਰਕ ਨੂੰ ਲੈ ਕੇ ਅਪਡੇਸ਼ਨਸ ਹੋ ਜਾਂਦੀਆਂ ਨੇ ਜਿਵੇਂ ਜੀਆਈਸੀ ਵੱਧ ਗਿਆ ਕਾਲਜਸ ਦੀਆਂ ਰਿਕੁਆਇਰਮੈਂਟਸ ਵੱਧ ਗਈਆਂ ਜਾਂ ਜਿਵੇਂ ਇੱਕ ਪੋਸਟ ਸਟੱਡੀ ਵਰਕ ਪਰਮਿਟ ਦੀ ਗੱਲ ਹੈ ਉਹਦੇ ਵਿੱਚ ਕੋਈ ਚੇਂਜਸ ਆਈਆਂ ਪਰ ਕੋਈ ਵੀ ਕੰਟਰੀ ਇਹ ਨਹੀਂ ਕਹਿ ਸਕਦਾ ਕਿ ਸਾਡੇ ਕੋਲ ਸਟੂਡੈਂਟ ਨਾ ਆਵੇ ਕਿਉਂਕਿ ਉਹਦੇ ਬੇਸ ਦੇ ਉੱਤੇ ਹਰ ਕੰਟਰੀ ਦੀ ਜਿਹੜੀ ਐਕਨੋਮੀ ਜਿਹੜੀ ਐ ਟਿੱਕੀ ਹੁੰਦੀ ਐ ਇਹੇ ਚੀਜ਼ਾਂ ਜਿਹੜੀਆਂ ਆਪਾਂ ਰਿਪਰੈਜ਼ੈਂਟ ਕਰ ਰਹੇ ਆ ਕਿ ਤਨਾ ਕਿਤੇ ਜਿਹੜੀਆਂ ਨੈਗੇਟਿਵ ਚੀਜ਼ਾਂ ਕ੍ਰੀਏਟ ਹੋ ਰਹੀਆਂ ਕੈਂਡੀਡੇਟ ਦੇ ਦਿਮਾਗ ਤੇ ਸਟੂਡੈਂਟ ਦੇ ਮਾਈਂਡ ਤੇ ਹੂੰ ਬਿਲਕੁਲ ਜਿਵੇਂ ਮੈਮ ਨੇ ਕਿਹਾ ਕਿ ਕੈਨੇਡਾ ਨੂੰ ਲੈ ਕੇ ਇਸ ਤਰ੍ਹਾਂ ਦੀ ਕੋਈ ਨਿਊਜ਼ ਨਹੀਂ ਹੈਗੀ ਆਲਰੇਡੀ ਹੀ ਪ੍ਰੋਸੈਸ ਇਹੀ ਚੱਲ ਰਿਹਾ ਜਿਵੇਂ ਹੁਣੇ ਮੈਮ ਨੇ ਕਿਹਾ ਕਿ ਜਿਹੜੇ ਵਿਸਟਰ ਵੀਜ਼ਾ ਤੇ ਜਾਂਦੇ ਸੀਗੇ ਉਹ ਹਜੇ ਵੀ ਆਪਣਾ ਜਿਹੜਾ ਹੈ ਅਪਲਾਈ ਜਿਹੜਾ ਵੀਜ਼ਾ ਕਨਵਰਟ ਹੈ ਜਿਹੜਾ ਉਸ ਦੀ ਅਪਲੀਕੇਸ਼ਨ ਦੇ ਸਕਦੇ ਆਂ ਔਰ ਜਿਹੜੇ ਸਟੂਡੈਂਟ ਵੀਜ਼ਾ ਵਾਲੇ ਨੇ ਉਹ ਵਰਕ ਪਰਮਿਟ ਵੀ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਥੋੜੇ ਬੋਤੇ ਚੇਂਜਿੰਗ ਆਏ ਆ ਕੁਝ ਇਲੈਕਸ਼ਨਾਂ ਕਰਕੇ ਨਵੇਂ-ਨਵੇਂ ਅਨਾਉਂਸਮੈਂਟਸ ਨੇ ਜਾਂ ਨਵੇਂ-ਨਵੇਂ ਬਿਆਨ ਜਿਹੜੇ ਦਿੱਤੇ ਜਾਂਦੇ ਆ ਪਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਹਮੇਸ਼ਾ ਹੀ ਇਹ ਗੱਲ ਕੀਤੀ ਜਾਂ ਦੀ ਇਕਨੋਮੀ ਹੈ ਜਿਹੜੀ ਸਟੂਡੈਂਟਸ ਦੇ ਕਾਫੀ ਟਿੱਕੀ ਹੋਈ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਔਰ ਜੇਕਰ ਇਸ ਵਾਰ ਕਾਫੀ ਜਿਆਦਾ ਹੁਣ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਇੰਟਰਸਟ ਘੱਟ ਦਿਖਾਇਆ ਕੈਨੇਡਾ ਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੋਰ ਕੁਝ ਨਾ ਕੁਝ ਚੇਂਜਿੰਗ ਆਉਣ ਪਰ ਸਾਰੀਆਂ ਜੋ ਵੀ ਚੇਂਜਿੰਗ ਨੇ ਕੋਈ ਮਾਈਨਰ ਚੇਂਜਿੰਗ ਜਿਹੜੇ ਹੈਗੇ ਆ ਸਭ ਕੁਝ ਸੇਮ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਜਿਹੜੇ ਵੀ ਸਟੂਡੈਂਟ ਨੇ ਕੈਨੇਡਾ ਜਾਣਾ ਚਾਹੁੰਦੇ ਨੇ ਹੋਰ ਕਿਸੇ ملک ਵੀ ਜਾਣਾ ਚਾਹੁੰਦੇ ਹੋ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ ਇਸ ਤੇ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਜਲੰਧਰ ਔਰ ਅ ਨਜਾ ਦੇ ਆਫਿਸ ਆ ਗਿਆ ਉੱਥੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਐਕਸਪਰਟ ਟੀਮ ਹੈ ਮਿਲ ਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਮੈਮ ਨੈਕਸਟ ਇਨਟੇਕ ਜਿਹੜਾ ਹੈਗਾ ਕੈਨੇਡਾ ਸਟਡੀ ਵੀਜ਼ਾ ਦੇ ਲਈ 加ਨੇਡਾ ஸ்டਡੀ ਵੀਜ਼ਾ ਲਈ ਜਨਵਰੀ ਇਨਟੇਕ ਜਿਹੜਾ ਹੈ ਉਹ ਇਸ ਟਾਈਮ ਅਪਡੇਟ ਕਰ ਚੁੱਕੇ ਅਸੀਂ ਸਟੂਡੈਂਟ ਨੂੰ ਔਰ ਮੋਸਟਲੀ ਪਲਵਿੰਦਰ ਜੀ ਸਟੂਡੈਂਟਸ ਨੂੰ ਇਹ ਕਲੀਅਰ ਹੀ ਹੈ ਕਿ ਜਨਵਰੀ ਇਨਟੇਕ ਓਪਨ ਹੈ ਤੇ ਜਿਹੜੇ ਖਾਸ ਕਰਕੇ ਸਾਡੇ ਬੱਚੇ ਇੱਥੇ ਗ੍ਰੈਜੂਏਸ਼ਨ 'ਚ ਐਡਮਿਸ਼ਨ ਲੈ ਚੁੱਕੇ ਨੇ ਉਹ ਇਨਕੁਆਰੀ ਕਰ ਰਹੇ ਨੇ ਕਿ ਮੈਮ ਅਸੀਂ ਅੱਗੇ ਕੀ ਕਰੀਏ ਕਿ ਗ੍ਰੈਜੂਏਸ਼ਨ ਕੰਪਲੀਟ ਕਰਕੇ ਇੱਥੋਂ ਜਾਈਏ ਕਿਉਂਕਿ ਪਲੱਸ 2 ਵਾਲੇ ਬੱਚਿਆਂ ਨੂੰ ਵੀਜ਼ਾ ਨਹੀਂ ਦੇ ਰਿਹਾ ਕੈਨੇਡਾ ਇਹ ਮਾਰਕੀਟ ਦੇ ਵਿੱਚ ਪਤਾ ਨਹੀਂ ਕਿੱਥੋਂ ਬੱਚਾ ਨੇ ਇਹ ਜਿਹੜੀ ਉਹਨਾਂ ਕੋਲ ਇਨਫੋਰਮੇਸ਼ਨ ਪਹੁੰਚੀ ਆ ਕਿੱਥੋਂ ਇਕੱਠੀ ਕੀਤੀ ਆ ਕਿ ਬੱਚਿਆਂ ਨੇ ਗ੍ਰੈਜੂਏਸ਼ਨ ਚ ਐਡਮਿਸ਼ਨ ਲੈ ਲਿਆ ਕਿ ਉਹਨਾਂ ਨੂੰ 1 ਮਿੰਟ ਲਈ ਲੱਗਣ ਲੱਗ ਗਿਆ ਕਿ ਪਲੱਸ 2 ਵਾਲੇ ਬੱਚਿਆਂ ਨੂੰ ਕੈਨੇਡਾ ਵੀਜ਼ਾ ਨਹੀਂ ਦੇ ਰਿਆ ਇਹ ਬਿਲਕੁਲ ਜਿੱਥੋਂ ਵੀ ਤੁਸੀਂ ਇਨਫੋਰਮੇਸ਼ਨ ਲਈ ਆ ਕਿਉਂਕਿ ਮੇਰੀਆਂ ਕਾਉਂਸਲਰਸ ਕੋਲ ਕਾਲ ਆ ਰਹੀਆਂ ਨੇ ਬੈਕ ਟੂ ਬੈਕ ਮੇਰੀ ਟੀਮਸ ਕੋਲ ਕਾਲ ਆ ਰਹੀਆਂ ਨੇ ਕਿ ਪਲੱਸ 2 ਤਾਂ ਅਸੀਂ ਪਲੱਸ 2 ਤੋਂ ਬਾਅਦ ਗ੍ਰੈਜੂਏਸ਼ਨ ਚ ਐਡਮਿਸ਼ਨ ਲੈ ਲਈ ਕਿਉਂਕਿ ਪਲੱਸ 2 ਤੋਂ ਬਾਅਦ ਕੈਨੇਡਾ ਵੀਜ਼ੇ ਹੀ ਨਹੀਂ ਦੇਊਗਾ ਪਲੱਸ 2 ਵਾਲੇ ਬੱਚਾ ਨੂੰ ਤੇ ਜੇ ਪਲੱਸ 2 ਦੇ ਇਸ ਤੇ ਬੱਚਾ ਚਲਾ ਜੇ ਜਾ ਕੇ ਉਹਦਾ ਕੋਈ ਫਿਊਚਰ ਨਹੀਂ ਆ ਉਹਨੂੰ ਇੰਡੀਆ ਵਾਪਸ ਆਉਣਾ ਪਊਗਾ ਉਹਨਾਂ ਨੇ ਨਿਊਜ਼ ਦੇ ਵਿੱਚ ਇਹ ਕਿਹਾ ਸੀ ਕਿ ਜਿਹੜੇ ਬੱਚੇ ਵੀ ਉੱਥੇ ਜਿੰਨੇ ਵੀ ਲੀਡਰ ਬਿਆਨ ਦੇ ਰਹੇ ਨੇ ਸਾਡੇ ਵੀ ਇੱਥੇ ਇਲੈਕਸ਼ਨ ਹੁੰਦੇ ਨੇ ਇਲੈਕਸ਼ਨਾਂ ਦੇ ਟਾਈਮ ਚੱਲ ਰਿਹਾ ਤੇ ਉਹਨਾਂ ਨੇ ਉੱਥੋਂ ਦੀ ਪਾਪੂਲੇਸ਼ਨ ਕਿਉਂਕਿ ਸਾਡੇ ਇੱਥੋਂ ਦੇ ਸਟੂਡੈਂਟ ਜਾ ਕੇ ਉੱਥੇ ਕਾਫੀ ਚੀਜ਼ਾਂ ਜਿਹੜੀਆਂ ਬਿਹੇਵੀਅਰ ਨੂੰ ਲੈ ਕੇ ਜਾਂ ਉੱਥੇ ਸ਼ੋਰ ਕਰਨਾ ਸਾਰੇ ਸਾਰੇ ਸਟੂਡੈਂਟ ਨਹੀਂ ਕਰਦੇ ਕੁਝ ਸਟੂਡੈਂਟਸ ਵੱਲੋਂ ਇਹ ਚੀਜ਼ਾਂ ਹੋਈਆਂ ਤੇ ਉੱਥੋਂ ਦੇ ਜਿਹੜੇ ਰਹਿਣ ਵਾਲੇ ਸੀਗੇ ਜਿਹੜੇ ਪੀਆਰ ਦੇ ਸਾਡੇ ਹੀ ਪੰਜਾਬੀ ਗਏ ਉਹਨਾਂ ਵੱਲੋਂ ਅਲੱਗ-ਅਲੱਗ ਲੀਡਰਸ ਕੋਲ ਅਲੱਗ-ਅਲੱਗ ਸੋਸਾਇਟੀ ਦੇ ਵਿੱਚ ਕੰਪਲੇਂਟ ਲੀਡਰ ਜਿੰਨੇ ਵੀ ਬਿਆਨ ਦੇ ਰਹੇ ਨੇ ਉਹ ਉਥੋਂ ਦੇ ਅਕੋਰਡਿੰਗਲੀ ਉਥੇ ਇਲੈਕਸ਼ਨਸ ਨੇ ਇਲੈਕਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਥੇ ਬਿਆਨਬਾਜ਼ੀ ਹੋ ਰਹੀ ਆ ਇਸ ਕਰਕੇ ਸਟੂਡੈਂਟਸ ਨੂੰ ਉਹਨਾਂ ਨੇ ਇਹ ਨਹੀਂ ਕਿਹਾ ਕਿ ਪਲੱਸ 2 ਵਾਲੇ ਸਟੂਡੈਂਟ ਆ ਜਾਂ ਗ੍ਰੈਜੂਏਸ਼ਨ ਵਾਲੇ ਸਟੂਡੈਂਟ ਆ ਅਸੀਂ ਪੀਆਰ ਦੇਵਾਂਗੇ ਨਹੀਂ ਉਹਨਾਂ ਨੇ ਕਿਹਾ ਸਾਡੀ ਗਰੰਟੀ ਨਹੀਂ ਆ ਕਿ ਇਹਨਾਂ ਨੂੰ ਅਸੀਂ ਪੀਆਰ ਦੇਈਏ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆ ਤੇ ਇਸ ਕਰਕੇ ਜ਼ਿੰਮੇਵਾਰੀ ਪਹਿਲਾਂ ਵੀ ਗਵਰਨਮੈਂਟ ਸਾਡੀ ਕੋਈ ਨਹੀਂ ਲੈਂਦੀ ਸੀ ਸਾਡਾ ਸਟੂਡੈਂਟ ਜਾਂਦਾ ਸੀ ਉਥੇ ਸਟੱਡੀ ਕਰਦਾ ਸੀ ਉਥੇ ਰੂਲ ਐਂਡ ਰੈਗੂਲੇਸ਼ਨਸ ਫਾਲੋ ਕਰਦਾ ਸੀ ਰੂਲ ਫੋਲੋ ਕਰਨ ਤੋਂ ਬਾਅਦ ਉੱਥੋਂ ਦੇ ਸਿਸਟਮ ਨੂੰ ਸਮਝਣ ਤੋਂ ਬਾਅਦ ਜੋ ਹੁੰਦੀਆਂ ਡਾਕੂਮੈਂਟ ਜਾਂ ਪੇਪਰਵਰਕਸ ਜ਼ਰੂਰੀ ਆ ਚੈੱਕਲਿਸਟ ਕੰਪਲੀਟ ਕਰਦੇ ਹੋਏ ਆਪਣਾ ਵਰਕ ਪਰਮਿਟ ਪਾਉਂਦਾ ਸੀ ਵਰਕ ਪਰਮਿਟ ਤੋਂ ਬਾਅਦ ਉਹ ਪੀਆਰ ਲੈਂਦਾ ਸੀਗਾ ਸੇਮ ਹੀ ਹੁਣ ਸਾਡੇ ਕੋਲ ਇਹ ਚੀਜ਼ਾਂ ਹੈਗੀਆਂ ਬਟ ਬਲਵਿੰਦਰ ਜੀ ਮੈਂ ਗੱਲ ਕਰਾਂ ਜਿਹੜੀ ਅਵੇਅਰਨੈਸ ਸਾਡੇ ਵਿਲੇਜ ਵਾਲੇ ਬੱਚਾ ਕੋਲ ਨਹੀਂ ਪਹੁੰਚੀ ਪਰ ਸਿਟੀ ਦੇ ਵਿੱਚ ਜਿੰਨੇ ਵੀ ਸਾਡੇ ਕੋਲ ਸਟੂਡੈਂਟ ਕੈਨੇਡਾ ਲਈ ਅਪਲਾਈ ਕਰ ਰਹੇ ਨੇ ਨੋਵਾ ਸਕੋਸ਼ੀਆ ਹੋ ਗਿਆ অন্ਟਾਰੀਓ ਹੋ ਗਿਆ ਔਰ ਸਕੈਚਵਨ ਹੋ ਗਿਆ ਇਹ ਤਿੰਨ ਇਹੋ ਜਿਹੀਆਂ ਜਗ੍ਹਾ ਹੈ ਜਿੱਥੇ ਸਾਡੇ ਕੋਲ ਸਟੂਡੈਂਟ ਆਨ ਕੇ ਸਿਟੀ ਦਾ ਜਿਹੜਾ ਬੱਚਾ ਸ਼ਹਿਰ ਦਾ ਪੜਿਆ ਲਿਖਿਆ ਬੱਚਾ ਉਹ ਇਹਨਾਂ ਤਿੰਨ ਸਟੇਟ ਦੇ ਵਿੱਚ ਆ ਕੇ ਸਾਡੇ ਕੋਲ ਇਹਨਾਂ ਪ੍ਰੋਵਿੰਸ ਦੇ ਵਿੱਚ ਆਨ ਕੇ ਪੁੱਛਦਾ ਹੈ ਕਾਲਜ ਯੂਨੀਵਰਸਿਟੀ ਹੈਗੀ ਆ ਔਰ ਇਹਨਾਂ ਦੇ ਵਿੱਚ ਹੀ ਐਡਮਿਸ਼ਨ ਲੈਣ ਦੀ ਖਾਸ ਕਰਕੇ ਨੋਵਾ ਸਕੋਸ਼ੀਆ ਔਰ ਅਨਟਾਰੀਓ ਦਾ ਬਹੁਤ ਜ਼ਿਆਦਾ ਇੰਟਰਸਟ ਜਿਹੜਾ ਹੈ ਬੱਚਿਆਂ ਚ ਅਸੀਂ ਦੇਖਣ ਨੂੰ ਮਿਲਿਆ ਹੁਣ ਜਿੰਨੇ ਵੀ ਬੱਚੇ ਸਾਡੇ ਪਲੱਸ 2 ਚ ਅਪੀਅਰ ਹੋਏ ਨੇ ਟਰਾਈ ਕਰ ਰਹੇ ਨੇ ਇਹਨਾਂ ਪ੍ਰੋਵਿੰਸ ਦੇ ਵਿੱਚ ਜਾਣ ਦੀ ਕੋਸ਼ਿਸ਼ ਇਹ ਗੱਲ ਮੈਂ ਤੁਹਾਨੂੰ ਤਾਂ ਦੱਸ ਰਹੀ ਆ ਕਿ ਇੱਕ ਸਿਟੀ ਵਾਲਾ ਬੱਚਾ ਪੂਰੀ ਅਵੇਅਰਨੈਸ ਨਾਲ ਸਾਡੇ ਕੋਲ ਆ ਰਿਹਾ ਤੇ ਵਿਲੇਜ ਵਾਲ ਸੋਸ਼ਲ ਮੀਡੀਆ ਹੋ ਗਿਆ ਜਾਂ ਕਿੱਥੋਂ ਉਹਨਾਂ ਦਾ ਨੈਟਵਰਕ ਹੈ ਜਿਹੜੀਆਂ ਨਿਊਜ਼ ਜਿੱਥੋਂ ਵੀ ਲੈ ਰਹੇ ਹੋ ਟਰਾਈ ਕਰੋ ਕਿ ਤੁਹਾਡੇ ਕੋਲ ਇੱਕ ਜੈਨੂਇਨ ਨਿਊਜ਼ ਜੈਨੂਇਨ ਅਪਡੇਸ਼ਨ ਪਹੁੰਚੇ CIC ਦੀ ਜਿਹੜੀ ਆ ਵੈਬਸਾਈਟ ਆ ਉਹਨੂੰ ਵੀ ਤੁਸੀਂ ਫੋਲੋ ਕਰੋ ਕਿਉਂਕਿ ਤੁਸੀਂ ਪੜ੍ਹੇ ਲਿਖੇ ਸਟੂਡੈਂਟ ਹੋ ਜਦੋਂ ਤੁਹਾਡੇ ਮੂੰਹ ਤੋਂ ਅਸੀਂ ਐਵੇਂ ਦੀਆਂ ਚੀਜ਼ਾਂ ਸੁਣਦੇ ਆ ਸਾਨੂੰ ਲੱਗਦਾ ਕਿ ਸਾਡੇ ਸਟੂਡੈਂਟ ਤੱਕ ਇਨਫੋਰਮੇਸ਼ਨ ਹੀ ਨਹੀਂ ਸਹੀ ਪਹੁੰਚ ਰਹੀ CIC ਦੀ ਵੈਬਸਾਈਟ ਆ ਉਹਦੇ ਤੇ ਜਦੋਂ ਵੀ ਅਪਡੇਸ਼ਨ ਹੁੰਦੀ ਸਭ ਤੋਂ ਪਹਿਲਾਂ ਉੱਥੇ ਅਪਡੇਟ ਹੁੰਦਾ ਹੈ ਉੱਥੋਂ ਤੁਸੀਂ ਆਪਣੀ ਇਨਫੋਰਮੇਸ਼ਨ ਲਿਆ ਕਰੋ ਇਧਰ ਉਧਰ ਆਪਾਂ ਇਨਫੋਰਮੇਸ਼ਨ ਚਾਰ ਬੰਦਿਆਂ ਤੋਂ ਲੈ ਕੇ ਇੱਕ ਗਲਤ ਡਾਇਰੈਕਸ਼ਨ ਦੇ ਵਿੱਚ ਐਡਮਿਸ਼ਨ ਲੈ ਲਈ ਜਾਂ ਹੁਣ ਤੁਸੀਂ ਇੱਥੇ ਵੀ ਆਪਣਾ ਪੈਸਾ ਖਰਾਬ ਕਰ ਲਿਆ 2 ਮਹੀਨੇ ਆਪਣੇ ਖਰਾਬ ਕਰ ਲਏ ਹੁਣ ਤੁਸੀਂ ਪੁੱਛ ਜੋ ਤੁਹਾਡਾ ਇੰਟਰਸਟ ਕੈਨੇਡਾ ਜਾਣ ਚੀ ਆ ਪਰ ਤੁਸੀਂ ਬੋਲ ਰਹੇ ਹੋ ਕਿ ਪਲੱਸ 2 ਤੋਂ ਬਾਅਦ ਬੱਚਾ ਜਾ ਨਹੀਂ ਸਕਦਾ ਆਫਟਰ ਗ੍ਰੈਜੂਏਸ਼ਨ ਅਸੀਂ ਉੱਥੇ ਜਾਵਾਂਗੇ ਜਿਹੜਾ ਬੱਚਾ ਪਲੱਸ 2 ਤੋਂ ਬਾਅਦ ਜਾਣਾ ਚਾਹੁੰਦਾ ਹੈ ਬਿਲਕੁਲ ਜਾ ਸਕਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਆ ਔਰ ਕੋਈ ਅੰਬੈਸੀ ਸਟਿਕ ਨਹੀਂ ਹੋਈ ਉਹਨਾਂ ਨੇ ਸਿਰਫ ਅਪਡੇਟ ਕੀਤੀਆਂ ਨੇ ਹਰ ਚੀਜ਼ ਅਪਡੇਟ ਮੰਗਦੀ ਆ ਚਾਹੇ ਆਪਾਂ ਆਪਣੇ ਕਿਸੇ ਵੀ ਚੀਜ਼ ਨੂੰ ਲੈ ਕੇ ਆਪਾਂ ਆਪਣੀ ਨੌਲੇਜ ਨੂੰ ਵੀ ਲੈ ਕੇ ਦੇਖੀਏ ਕਿ ਆਪਾਂ ਸਾਰੀ ਜ਼ਿੰਦਗੀ ਅਪਡੇਟ ਹੁੰਦੇ ਆ ਤੇ ਇਸੇ ਤਰ੍ਹਾਂ ਉਹਨਾਂ ਦੇ ਕੰਟਰੀ ਦੇ ਵਿੱਚ ਜਿਹੜੀਆਂ ਅਪਡੇਸ਼ਨ ਨੇ ਜਿਹੜੀਆਂ ਅੰਬੈਸੀ ਦੇ ਲਈ ਜ਼ਰੂਰੀ ਹੁੰਦੀਆਂ ਨੇ ਇੱਕ ਜਿਹੜਾ ਸਾਡਾ ਬੱਚਾ ਇੱਥੋਂ ਪ੍ਰਵਾਸ ਕਰਦਾ ਉਹਦੇ ਲਈ ਜ਼ਰੂਰੀ ਹੁੰਦੀਆਂ ਨੇ ਉਹ ਅਪਡੇਟਸ਼ਨ ਜਿਹੜੀਆਂ ਉਹ ਸਾਡੇ ਫਿਊਚਰ ਦੇ ਲਈ ਹੀ ਵਧੀਆ ਨੇ ਇਹ ਚੀਜ਼ ਆਪਾਂ ਸਮਝ ਕੇ ਚੱਲੀਏ ਇਸ ਕਰਕੇ ਰੋਂਗ ਇਨਫੋਰਮੇਸ਼ਨ ਜਿੱਥੋਂ ਵੀ ਤੁਸੀਂ ਫੋਲੋ ਕਰ ਰਹੇ ਹੋ ਬਿਲਕੁਲ ਗਲਤ ਆ ਸੀਆਈਸੀ ਦੀ ਵੈਬਸਾਈਟ ਨੂੰ ਜ਼ਰੂਰ ਫੋਲੋ ਕਰੋ ਹਮ ਬਿਲਕੁਲ ਕੈਨੇਡਾ ਜਾਣ ਵਾਲੇ ਸਟੂਡੈਂਟਸ ਸਕਰੀਨ ਤੇ ਆ ਰਹੇ ਨੰਬਰ ਤੇ ਕਾਲ ਕਰ ਸਕਦੇ ਆ ਬਹੁਤ ਸਾਰੇ ਆਪਸ਼ਨਸ ਹਜੇ ਵੀ ਓਪਨ ਨੇ ਤੁਸੀਂ ਟੂਰਿਸਟ ਵਿਜ਼ਿਟ ਤੇ ਜਾਣਾ ਹੈ ਉੱਥੇ ਪਹੁੰਚੇ ਹੋਏ ਉਹ ਕਨਵਰਟ ਕਰਾਉਣਾ ਚਾਹੁੰਦੇ ਹੋ ਵੀਜ਼ਾ ਤਾਂ ਕਨਵਰਟ ਵੀ ਕਰਾ ਸਕਦੇ ਹੋ ਨਾਲ ਦੀ ਨਾਲ ਜਿਹੜੀਆਂ ਇਸ ਤਰ੍ਹਾਂ ਦੀਆਂ ਨਿਊਜ਼ ਨੇ ਉਹਨਾਂ ਨੂੰ ਧਿਆਨ ਦੇ ਨਾਲ ਤੁਸੀਂ ਦੇਖੋ ਕਿ ਕੀ ਉਸ ਦੇ ਪਿੱਛੇ ਦਾ ਸੱਚ ਕੀ ਹੈ ਤੇ ਇਸ ਤੋਂ ਬਾਅਦ ਮੈਂ ਆਪਾਂ ਗੱਲ ਕਰ ਰਹੇ ਹਾਂ ਹੁਣ ਆਸਟ੍ਰੇਲੀਆ ਦੀ ਬਹੁਤ ਸਾਰੇ ਸਟੂਡੈਂਟ ਨੇ ਆਸਟ੍ਰੇਲੀਆ ਲਈ ਬਹੁਤ ਹਰੇਕ ਬੱਚਾ ਚਾਹੁੰਦਾ ਹੈ ਆਸਟ੍ਰੇਲੀਆ ਜਾਵਾਂ ਫਰਸਟ ਪ੍ਰੀਫਰੈਂਸ ਆਜ ਦੇ ਟਾਈਮਸ ਆਸਟ੍ਰੇਲੀਆ ਹੋ ਹੈ ਆਸਟ੍ਰੇਲੀਆ ਜਾਂ ਕੈਨੇਡਾ ਹਰੇਕ ਮੁਲਕ ਹੀ ਇੰਨੀ ਸ਼ਕਤੀ ਕਿਉਂ ਦਿਖਾ ਰਿਹਾ ਸਟੂਡੈਂਟਸ ਦੇ ਨਾਲ ਅ ਪਲਵਿੰਦਰ ਜੀ ਮੈਂ ਇਹਨੂੰ ਸ਼ਕਤੀ ਨਹੀਂ ਕਹੂੰਗੀ ਇਹਦੇ ਚ ਉਹਨਾਂ ਨੇ ਫਿਲਟਰ ਲਗਾ ਲਿਆ ਕਿ ਉਹਨਾਂ ਨੂੰ ਜਿਹੜਾ ਸਟੂਡੈਂਟ ਚਾਹੀਦਾ ਇੱਕ ਮੈਂ ਆ ਕਿ ਮੈਂ ਆਪਣੀ ਇੱਕ ਕੰਪਨੀ ਚਲਾ ਰਹੀ ਹਾਂ ਤੇ ਮੈਨੂੰ ਜਿਵੇਂ ਦੀ ਮੈਨਪਾਵਰ ਚਾਹੀਦੀ ਹੋਊਗੀ ਮੈਂ ਇੱਕ ਫਿਲਟਰ ਲਗਾ ਕੇ ਆਪਣੇ ਸਟੂਡੈਂਟਸ ਨੂੰ ਲੈ ਕੇ ਆਉਂਗੀ ਪਹਿਲਾਂ ਉਹਨਾਂ ਨੂੰ ਉਵੇਂ ਦੀ ਮੈਨਪਾਵਰ ਚਾਹੀਦੀ ਸੀ ਇੱਕ ਲੇਬਰ ਵਰਕ ਵਾਲੇ ਬੱਚੇ ਚਾਹੀਦੇ ਸੀਗੇ ਤੇ ਉਹਨਾਂ ਨੇ ਲੈ ਹੁਣ ਉਹ ਫਿਲਟਰ ਲਗਾ ਰਹੇ ਨੇ ਇਟ ਮੀਨਸ ਕਿਤੇ ਨਾ ਕਿਤੇ ਉਹਨਾਂ ਨੂੰ ਮੈਨਪਾਵਰ ਉਵੇਂ ਦੀ ਚਾਹੀਦੀ ਆ ਇਹ ਨਹੀਂ ਹੋ ਸਕ ਉਨ ਵਾਲੇ ਟਾਈਮ ਦੇ ਵਿੱਚ ਕੈਨੇਡਾ ਸ਼ਕਤੀ ਦਿਖਾ ਰਿਹਾ ਆਸਟ੍ਰੇਲੀਆ ਸ਼ਕਤੀ ਦਿਖਾ ਰਿਹਾ ਕਦੀ ਵੀ ਆਸਟ੍ਰੇਲੀਆ ਨੇ ਬਿਨਾ ਪੇਪਰ ਚੈੱਕ ਕੀਤੇ ਤੁਹਾਨੂੰ ਐਡਮਿਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਕਾਲਜ ਯੂਨੀਵਰਸਿਟੀ ਨੇ ਕਦੀ ਅੰਬੈਸੀ ਨੇ ਇਹ ਨਹੀਂ ਕਿ ਤੁਸੀਂ ਕਰਾਈਟੇਰੀਆ ਫੋਲੋ ਨਹੀਂ ਕਰਦੇ ਐਲੀਜੀਬਿਲਟੀ ਤੁਹਾਡੀ ਜਿਹੜੀ ਉਹ ਬੰਦ ਹੀ ਨਹੀਂ ਹੈ ਤਾਂ ਤੁਹਾਨੂੰ ਵੀਜ਼ਾ ਸਟੈਂਪ ਕਰ ਦਿੱਤਾ ਹੋਵੇ ਅਜਿਹਾ ਕੁਝ ਨਹੀਂ ਆ ਜਦੋਂ ਵੀ ਕੋਈ ਵੀ ਅਪਡੇਸ਼ਨਸ ਹੁੰਦੀਆਂ ਨੇ ਦੇਖੋ ਹਰ ਕੰਟਰੀ ਦੇ ਵਿੱਚ ਇਲੈਕਸ਼ਨ ਹੋਏ ਨੇ ਜਾਂ ਹੋਣ ਜਾ ਰਹੇ ਨੇ ਜਿੱਥੇ ਵੀ ਇਹ ਚੀਜ਼ਾਂ ਹੁੰਦੀਆਂ ਤੇ ਥੋੜਾ ਜਿਹਾ ਤੋਂ ਦੀ ਪੋਪੂਲੇਸ਼ਨ ਨੂੰ ਇਮਪ੍ਰੈਸ ਕਰਨ ਲਈ ਕੁਝ ਕਰਨ ਦੇ ਲਈ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਚੇਂजेस ਹੁੰਦੀਆਂ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਲੀਡਰ ਵੱਲੋਂ ਜਿਵੇਂ ਹੁਣ ਉੱਥੇ ਜਿਹੜੀ ਸਾਡੇ ਵਿਦੇਸ਼ ਮੰਤਰੀ ਉੱਥੇ ਚੇਂਜ ਹੋਏ ਨੇ ਕੈ ਆਸਟ੍ਰੇਲੀਆ ਦੇ ਵਿੱਚ ਤੇ ਉਹ ਚੀਜ਼ਾਂ ਜਿਹੜੀਆਂ ਅਪਡੇਟ ਆ ਹਰ ਬੰਦਾ ਆਪਣੇ ਅਕੋਰਡਿੰਗਲੀ ਉਸ ਸਿਸਟਮ ਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਤੇ ਉਥੇ ਕਰਕੇ ਉਹ ਚੀਜ਼ਾਂ ਜਿਹੜੀਆਂ ਉਹ ਹੋਈਆਂ ਸਾਡੇ ਕੋਲ ਹਜੇ ਵੀ ਕਲਚਰ ਸਟਡੀ ਚੇਂਜ ਪ੍ਰੋਗਰਾਮ 'ਚ ਬੱਚੇ ਗਏ ਨੇ ਉਹਨਾਂ ਦੇ ਵੀਜ਼ਾ ਵੀ ਗ੍ਰਾਂਟ ਹੋਇਆ ਇੱਕ ਬੱਚੇ ਦਾ ਇੱਕ ਬੱਚਾ ਸਾਡਾ ਹੁਣੇ ਹੀ ਲੇਟੈਸਟ ਜਿਹਦਾ ਵੀਜ਼ਾ ਕਨਵਰਟ ਹੋਇਆ ਉਹ ਵੀ ਸਾਡੇ ਕੋਲ ਆ ਦੋ ਫੈਮਿਲੀਜ਼ ਦੇ ਵੀਜ਼ਾ ਅਸੀਂ ਲਏ ਨੇ ਤੇ ਐਵੇਂ ਹੀ ਕਰਕੇ ਇਹ ਨਹੀਂ ਕਹਿ ਸਕਦੇ ਕਿ ਕੋਈ ਸਖਤੀ ਆ ਹਾਂ ਪੇਪਰਵਰਕ ਹਮੇਸ਼ਾ ਮੈਂ ਕਿਹਾ ਜੋ ਚੈਕਲਿਸਟ ਐਮਬੈਸੀ ਦੀ ਉਹਨੂੰ ਫਾਲੋ ਕਰਦੇ ਹੋਏ ਜੋ ਤੁਹਾਡੀ ਐਲੀਜੀਬਿਲਟੀ ਆ ਜੇ ਤੁਸੀਂ ਕਾਲਜ ਯੂਨੀਵਰਸਿਟੀ ਚ ਅਪਲਾਈ ਕਰਨਾ ਚਾਹੁੰਦੇ ਤੁਹਾਡੀ ਐਲੀਜੀਬਿਲਟੀ ਕਾਲਜ ਦੀ ਆ ਤਾਂ ਕਾਲਜ ਚ ਅਪਲਾਈ ਕਰੋ ਜੇ ਆਪਾਂ ਐਲੀਜੀਬਿਲਟੀ ਹੀ ਨਹੀਂ ਮੰਦੀ ਸਾਡੀ ਯੂਨੀਵਰਸਿਟੀ ਦੀ ਤੇ ਆਪਾਂ ਅਪਲਾਈ ਕਰਕੇ ਕੀ ਕਰਾਂਗੇ ਉੱਥੋਂ ਸਾਡੀ ਸੀਓਈ ਵੀ ਨਹੀਂ ਨਿਕਲਨੀ ਤੇ ਉਹ ਚੀਜ਼ਾਂ ਫਿਰ ਅਸੀਂ ਲਾਈਨ ਦੇ ਵਿੱਚ ਲੱਗੇ ਰਵਾਂਗੇ ਤਾਂ ਸਾਨੂੰ ਕਿ ਆਸਟ੍ਰੇਲੀਆ ਜਿਹੜਾ ਹੈ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਸੀਓਈ ਰੋਕ ਰਿਆ ਇਸ ਕਰਕੇ ਇਹ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਆਸਟ੍ਰੇਲੀਆ ਕੰਟਰੀ ਕੀ ਚਾਹੁੰਦਾ ਹੈ ਕਿਵੇਂ ਦੀ ਮੈਨਪਾਵਰ ਚਾਹੀਦੀ ਹੈ ਕਿਵੇਂ ਦੇ ਸਟੂਡੈਂਟਸ ਨੂੰ ਕਿਵੇਂ ਦੇ ਵੀਜ਼ਾ ਜਿਹੜੇ ਉਹ ਗ੍ਰਾਂਟ ਹੋਣਗੇ ਕਿਹੜੇ ਕੋਰਸਸ ਵਾਲੇ ਨੂੰ ਕਿਹੜੇ ਵੀਜ਼ਾ ਗ੍ਰਾਂਟ ਹੋਣਗੇ ਕਿਹੜਾ ਕੋਰਸ ਲੈ ਕੇ ਜਾਣਾ ਚਾਹੀਦਾ ਸਾਨੂੰ ਕਿਹੜੇ ਏਰੀਆ 'ਚ ਅਪਲਾਈ ਕਰਨਾ ਚਾਹੀਦਾ ਇਸ ਕਰਕੇ ਅਲੱਗ-ਅਲੱਗ ਚੀਜ਼ਾਂ ਨੂੰ ਅਸੀਂ ਫੋਲੋ ਕਰਕੇ ਹੀ ਅਸੀਂ ਜਿਹੜਾ ਅੱਗੇ ਵੱਧ ਸਕਦੇ ਹਾਂ ਇਸ ਕਰਕੇ ਜੇ ਅਸੀਂ ਸੋਚੋ ਜਿਵੇਂਾਂ ਇਹ ਕੰਟਰੀਆਂ ਸਾਰੀਆਂ ਸਖਤੀ ਕਰ ਰਹੀਆਂ ਸਖਤੀ ਨਹੀਂ ਹੈ ਅਪਡੇਸ਼ਨ ਕਵਾਂਗੇ ਕਿ ਅਪਡੇਟ ਹੋ ਰਹੀਆਂ ਚੀਜ਼ਾਂ ਤੇ ਉਹ ਅਪਡੇਸ਼ਨ ਦੇ ਨਾਲ ਜੋ ਚੀਜ਼ਾਂ ਅਪਡੇਟ ਹੁੰਦੀਆਂ ਉਹ ਉਹ ਅਪਡੇਸ਼ਨ ਦੇ ਨਾਲ ਆਪਾਂ ਡਾਕੂਮੈਂਟਸ ਤਿਆਰ ਜਿਹੜੇ ਵੀ ਤੁਹਾਡੇ ਕੋਲ ਹੁੰਦੇ ਨੇ ਉਵੇਂ ਹੀ ਅਪਡੇਟ ਕਰਕੇ ਦੇਈਏ ਨਾ ਕਿ ਪਹਿਲਾਂ ਮੈਨੂਪਲੇਸ਼ਨ ਚੱਲ ਜਾਂਦੀ ਸੀ ਅਸੀਂ ਚੀਜ਼ਾਂ ਮੈਨੂਪਲੇਟ ਕਰਕੇ ਵੀਜ਼ਾ ਆਫੀਸਰ ਨੂੰ ਦੇ ਦਿੱਤੀਆਂ ਜਿਵੇਂ ਜਿਵੇਂ ਵੀਜ਼ਾ ਆਫੀਸਰ ਕੋਲ ਮੈਨੂਪਲੇਟਡ ਚੀਜ਼ਾਂ ਜਾਂਦੀਆਂ ਗਿਆ ਅੱਗੇ 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 ਉਹ ਚੀਜ਼ਾਂ ਨੂੰ ਸਮਝਦੇ ਗਏ ਕਿ ਪੰਜਾਬ ਦਾ ਸਟੂਡੈਂਟ ਐਂ ਕਰ ਸਕਦਾ ਹਰਿਆਣਾ ਦਾ ਸਟੂਡੈਂਟ ਡਾਕੂਮੈਂਟ ਵੀਡੀਓ ਬਣਾ ਕੇ ਵੀ ਦੇ ਸਕਦਾ ਤੇ ਉਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਫਿਲਟਰ ਵਧਾ ਦਿੱਤੇ ਨੇ ਕਿ ਆਪਾਂ ਹੁਣ ਇਸ ਸਟੂਡੈਂਟਸ ਨੂੰ ਇੰਨੇ ਵੀਜ਼ਾਸ ਗ੍ਰਾਂਟ ਕਰਨੇ ਨੇ ਤੇ ਇਹ ਡਾਕੂਮੈਂਟਸ ਨੂੰ ਇਸ ਲੈਵਲ ਤੇ ਅਸੀਂ ਚੈੱਕ ਕਰਨਾ ਹੈ ਬਿਲਕੁਲ ਹਰ ਇੱਕ ਕੰਟਰੀ ਹੈ ਜਿਹੜੀ ਸਟ੍ਰਿਕਟ ਨਹੀਂ ਹੋ ਰਹੀ ਹਾਲਾਂਕਿ ਚੰਗੇ ਸਟੂਡੈਂਟ ਲੱਭ ਰਹੀ ਹੈ ਕਿਉਂਕਿ ਬਹੁਤ ਸਾਰੇ ਸਾਡੇ ਹੀ ਬੱਚੇ ਆ ਜਿਹੜੇ ਵਿਦੇਸ਼ ਜਾਂਦੇ ਆ ਉੱਥੇ ਜਾ ਕੇ ਕਾਲਜ ਚੇਂਜ ਕਰ ਲਿਆ ਯੂਨੀਵਰਸਿਟੀ ਚੇਂਜ ਕਰ ਲਈ ਜਾਂ ਉਸੇ ਮੁਲਕ ਨੂੰ ਤੁਸੀਂ ਕਹੋ ਇੱਥੇ ਕੰਮ ਨਹੀਂ ਹੈਗਾ ਇੱਥੇ ਕਮੋਡੀਸ਼ਨ ਪ੍ਰੋਬਲਮ ਤੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਜੋ ਤੁਸੀਂ ਕਰਦੇ ਹੋ ਇਸ ਕਰਕੇ ਹਰੇਕ ਮੌਲਕ ਹੈ ਜਿਹੜਾ ਉਹ ਕੈਪਿੰਗ ਵੀ ਔਨ ਕਰਨ ਵਾਲਾ ਹੈ ਆਸਟ੍ਰੇਲੀਆ ਵੀ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਸ ਪਿੱਛੇ ਆਈਆਂ ਸਿਗੀਆਂ ਜਨਵਰੀ ਤੋਂ ਕੈਪਿੰਗ ਲੱਗ ਜਾਣੀ ਹੈ ਕਿ ਮਿਨੀਮਮ ਸਟੂਡੈਂਟ ਨੇ ਜਿਹੜੇ ਉਹਨਾਂ ਦੇ ਹੀ ਜਿਹੜੀ ਹੈ ਯੂਨੀਵਰਸਿਟੀਆਂ ਉਹਨਾਂ ਨੂੰ ਅਨਵੋਲਵਮੈਂਟ ਕਰ ਸਕਣਗੇ ਤਾਂ ਵੀਜ਼ੇ ਵੀ ਉਹਨਾਂ ਨੂੰ ਮਿਲਣਗੇ ਤਾਂ ਮਤਲਬ ਵੀ ਜਿਹੜਾ ਅਨਵੋਲਵਮੈਂਟ ਹੋਊਗੀ ਉਸ ਦਾ ਵੀਜ਼ੇ ਔਨ ਦਾ ਚਾਂਸ ਜ਼ਿਆਦਾ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੇ ਮੈਂ नेक्स्ट ਇਨਟੇਕ ਜਿਹੜਾ ਹੈ ਔਰ ਕਿੰਨੇ ਆਈਲੈਂਡਸ ਬੈਂਡ ਦੇ ਨਾਲ ਜਿਹੜੇ ਇਸ ਦਾ ਵੀਜ਼ੇ ਆ ਰਹੇ ਆ ਆ ਪਲਵਿੰਦਰ ਜੀ ਸਾਡੇ ਕੋਲ ਨਵੰਬਰ ਇਨਟੇਕ ਵੀ ਅਵੇਲੇਬਲ ਆ ਔਰ ਆਇਲਟ ਸਕੋਰ ਦੀ ਜਦੋਂ ਵੀ ਗੱਲ ਕਰਦੇ ਆ ਬੱਚੇ ਦੀ ਐਲੀਜੀਬਿਲਟੀ ਦੇ ਉੱਤੇ ਆ ਜੇ ਦਾ ਬੱਚੇ ਦਾ ਸਟੱਡੀ ਚੋ ਗੈਪ ਆ ਉਸ ਹੱਬ ਨਾਲ ਆਇਲਟ ਚਾਹੀਦਾ ਜੇ ਬੱਚਾ ਰੀਸੈਂਟ ਸਾਡਾ ਪਲੱਸ 2 ਪਾਸ ਦਾ ਹੈ ਯੂਨੀਵਰਸਿਟੀਜ਼ ਐਡਮਿਸ਼ਨ ਲੈਣਾ ਚਾਹੀਦਾ 6 ਈਚ ਜਾਂ ਓਵਰਆਲ 6 ਆਇਲਟ ਸਕੋਰ ਦੇ ਨਾਲ ਹੀ ਲਵੇ ਸਾਡੇ ਕੋਲ ਨਵੰਬਰ ਇਨਟੇਕ ਵੀ ਅਵੇਲੇਬਲ ਆ ਜਿਹੜੇ ਬੱਚੇ ਯੂਨੀਵਰਸਿਟੀਜ਼ ਡਾਈਕਨ ਯੂਨੀਵਰਸਿਟੀ ਦਾ ਹੋਰ ਕੋਈ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਆਪਣੀ ਐਡਮਿਸ਼ਨ ਜਿਹੜੀਆਂ ਉਹ ਪਾਣੀਆਂ ਚਾਹੁੰਦੇ ਆ ਜਨਵਰੀ ਇਨਟੇ ਹੀ ਜਾਨਾ ਉਹਦੇ ਲਈ ਵੀ ਸਾਡੇ ਕੋਲ অপਸ਼ਨ ਹੈਗੀਆਂ ਪਰ ਜਨਵਰੀ ਤੋਂ ਪਹਿਲਾਂ ਪਹਿਲਾਂ ਜਿਹੜੇ ਸਾਡੇ ਕੈਪਿੰਗ ਸਿਸਟਮ ਨੂੰ ਜਿਹੜੀਆਂ ਚੀਜ਼ਾਂ ਉਹ ਜਨਵਰੀ ਤੋਂ ਪਹਿਲਾਂ ਪਹਿਲਾਂ ਆਪਾਂ ਕਰ ਲਈਏ ਕਿਉਂਕਿ ਜਨਵਰੀ 2025 ਤੋਂ ਬਾਅਦ ਕੈਪਿੰਗ ਸਿਸਟਮ ਹੋਣਾ ਹੈ ਇਸ ਚੀਜ਼ ਨੂੰ ਬੱਚਾ ਥੋੜਾ ਜਿਆਦਾ ਧਿਆਨ ਨਾਲ ਦੇਖੇ ਕਿਉਂਕਿ ਜਨਵਰੀ 2025 ਤੋਂ ਜਿਹੜਾ ਸਾਡਾ ਸਟੂਡੈਂਟ ਜਾਊਗਾ ਕੈਪਿੰਗ ਸਿਸਟਮ ਹੋਊਗਾ ਤੇ ਉਦੋਂ ਤੱਕ ਸਾਡੇ ਸਟੂਡੈਂਟਸ ਦਾ ਲੈਵਲ ਵੀ ਕੁਝ ਹੋਰ ਹੋਊਗਾ ਕਿਉਂਕਿ ਅੱਜ ਤੋਂ ਜਿਹੜੇ 5 ਸਾਲ ਪਹਿਲਾਂ ਬੱਚੇ ਗਏ ਸੀ ਉਹਨਾਂ ਦੇ ਸਾਢੇ 5 5 ਐਲਰਟ ਸਕੋਰ ਨਹੀਂ ਆਉਂਦੇ ਸੀ ਪਰ ਅੱਜ ਸਾਡੇ ਕੋਲ ਬੱਚੇ ਸਾਇਲਟ ਸਕੋਰ ਵਾਲੇ ਵੀ ਹੁੰਦੇ ਨੇ ਉਹਨਾਂ ਦੀਆਂ ਐਡਮਿਸ਼ਨਸ ਹੁੰਦੀਆਂ ਨੇ ਤੇ ਕਿਤੇ ਨਾ ਕਿਤੇ ਜੇ ਕੈਪਿੰਗ ਸਿਸਟਮ ਵਧੂਗਾ ਇਟ ਮੀਨਸ ਰਿਫਿਊਜ਼ਲ ਰੇਟ ਘਟੂਗਾ ਰਿਫਿਊਜ਼ਲ ਰੇਟ ਘਟੂਗਾ ਤਾਂ ਬੱਚੇ ਨੂੰ ਪਹਿਲਾਂ ਹੀ ਅਵੇਅਰਨੈਸ ਹੋਊਗੀ ਕਿ ਕੈਪਿੰਗ ਸਿਸਟਮ ਦੇ ਅਕੋਰਡਿੰਗਲੀ ਯੂਨੀਵਰਸਿਟੀ ਇਨਵੋਲਵਡ ਹੈ ਉਹਨੇ ਐਡਮਿਸ਼ਨ ਹੀ ਉਹਨੂੰ ਦੇਣੀ ਆ ਜਿਹਨੂੰ ਵੀਜ਼ਾ ਮਿਲਣਾ ਹੈ ਤੇ ਇਸ ਕਰਕੇ ਕਿਤੇ ਨਾ ਕਿਤੇ ਉਲਝਣ ਤਾਂ ਨਹੀਂ ਬੱਚੇ ਦੀ ਵੀ ਖਤਮ ਹੋਊਗੀ ਇਹ ਚੀਜ਼ਾਂ ਸਾਡੇ ਫੇਵਰ ਦੇ ਵਿੱਚ ਨੇ ਇਸ ਚੀਜ਼ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਔਰ ਜਿਹੜੇ ਬੱਚੇ ਸਾਡੇ ਰੀਸੈਂਟ ਪਾਸ ਆਊਟ ਨੇ ਜਨਵਰੀ ਜਾਂ ਨਵੰਬਰ ਲਈ ਆਪਣ ਮਿਸ਼ਨਸ ਫੋਟਾ ਉਨ ਕਰ ਲੋ ਜਿਹੜਾ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਹੈ ਉਹਦੇ ਵਿੱਚ ਵੀ ਤੁਸੀਂ ਅਪਲਾਈ ਕਰਕੇ ਜਾ ਸਕਦੇ ਹੋ ਔਰ ਜਿਹੜੀ ਗੱਲ ਹਮੇਸ਼ਾ ਮੈਂ ਦੱਸਦੀ ਆ ਕਿ ਜਿਹੜਾ ਸਾਡੇ ਸਟੂਡੈਂਟ ਆ ਗੈਪ ਵਾਲਾ ਗੈਪ ਦੀ ਜਸਟੀਫਿਕੇਸ਼ਨ ਕਿਵੇਂ ਦੇਣੀ ਆ ਔਰ ਸਾਨੂੰ ਪ੍ਰੋਵਿੰਸ ਕਿਹੜਾ ਚੂਜ਼ ਕਰਨਾ ਆਸਟ੍ਰੇਲੀਆ ਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖ ਕੇ ਆਪਾਂ ਅਪਲਾਈ ਕਰੀਏ ਤੇ ਆਸਟ੍ਰੇਲੀਆ ਸਾਨੂੰ ਵੀਜ਼ਾ ਦੇਵੇਗਾ ਔਰ ਚੈਕਲਿਸਟ ਔਰ ਸਿਸਟਮ ਨੂੰ ਬਿਨਾਂ ਫਾਲੋ ਕੀਤੇ ਕੋਈ ਵੀ ਕੰਟਰੀ ਸਾਨੂੰ ਉਸ ਵੀਜ਼ਾ ਨਹੀਂ ਦਿੰਦਾ ਭਾਵੇਂ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਭਾਵੇਂ ਕਿਸੇ ਹੋਰ ਕੰਟਰੀ ਦੀ ਗੱਲ ਕਰਾਂ ਹੂੰ ਬਿਲਕੁਲ ਮੈਮ ਜੇ ਆਪਾਂ ਜੀਐਸਟੀ ਦੀ ਗੱਲ ਕਰਦੇ ਹਣਾ ਜਦੋਂ ਵੀ ਸਟੂਡੈਂਟ ਟੈਸਟ ਦੀ ਗੱਲ ਕਰਦੇ ਆ ਉਸ ਦੇ ਵਿੱਚ ਕੀ ਅਪਡੇਟ ਹੈਗੀਆਂ ਨੇ ਇਸ ਟਾਈਮ ਕਿਵੇਂ ਸਟੂਡੈਂਟ ਉਹ ਕ੍ਰਾਈਟੇਰੀਆ ਜਿਹੜਾ ਮੀਟ ਕਰ ਸਕਦਾ ਪਲਵਿੰਦਰ ਜੀ ਸਭ ਤੋਂ ਜ਼ਰੂਰੀ ਆ ਬੱਚੇ ਤੇ ਜਦੋਂ ਵੀ ਜੈਨੂਨ ਜਿਹੜੀ ਉਹਦੀ ਆ ਜੀਐਸਟੀ ਆ ਜੈਨੂਨ ਜਿਹੜਾ ਬੱਚੇ ਦਾ ਸਟੇਟਸ ਹੈ ਉਹਦਾ ਜਿਹੜਾ ਵਰਡ ਹੀ ਆਪਾਂ ਪੜ ਲઈએ ਕਿ ਉਹਦਾ ਮਤਲਬ ਕੀ ਆ ਕਿ ਇੱਕ ਤੁਹਾਡਾ ਆਇਲਟ ਸਕੋਰ ਤੁਹਾਡੀ ਪਰਸੈਂਟੇਜ ਜਿੱਥੇ ਤੁਸੀਂ ਅਪਲਾਈ ਕਰ ਰਹੇ ਹੋ ਤੁਹਾਡਾ ਕਰਾਈਟੇਰੀਆ ਮੀਟ ਕਰਨਾ ਚਾਹੀਦਾ ਫਿਰ ਤੁਹਾਡੀ ਜਿਹੜੀ ਬੈਂਕਿੰਗ ਆ ਉਹ ਬੈਂਕਿੰਗ ਬਹੁਤ ਇੰਪੋਰਟੈਂਟ ਆ ਤੁਸੀਂ ਅਰੇਂਜ ਕਰਾ ਰਹੇ ਹੋ ਤੇ ਤੁਹਾਡੇ ਜਿਹੜੇ ਆਈਟੀਆਰ ਆ ਜਾਂ ਤੁਹਾਡੇ ਪੇਪਰ ਵਰਕ ਚਾ ਉਹ ਦਿਖਣੀ ਚਾਹੀਦੀ ਆ ਇਸ ਕਰਕੇ ਜੀਐਸਟੀ ਤੋਂ ਮਤਲਬ ਇਹ ਇਹ ਹੈ ਕਿ ਜਿਹੜਾ ਤੁਸੀਂ ਡਾਕੂਮੈਂਟਸ ਦੇ ਰਹੇ ਹੋ ਤੁਸੀਂ ਪੇਪਰਵਰਕ ਦੇ ਰਹੇ ਹੋ ਤੁਹਾਡਾ ਡਾਕੂਮੈਂਟਸ ਪੇਪਰਵਰਕ ਜੈਨੂਇਨ ਹੋਣਾ ਚਾਹੀਦਾ ਹੈ ਤੇ ਜਿਹੜੇ ਵੀ ਕਾਲਜ ਜਾਂ ਯੂਨੀਵਰਸਿਟੀਸ 'ਚ ਤੁਸੀਂ ਅਪਲਾਈ ਕਰ ਰਹੇ ਹੋ ਤੁਹਾਡਾ ਕਰਾਈਟੇਰੀਆ ਉੱਥੇ ਮੀਟ ਕਰਨਾ ਚਾਹੀਦਾ ਉਹ ਕਰਾਈਟੇਰੀਆ ਸੀ ਕਿਵੇਂ ਚੈੱਕ ਕਰਾਂਗੇ ਜਾਂ ਤਾਂ ਤੁਹਾਡਾ ਕੰਸਲਟੈਂਟ ਤੁਹਾਨੂੰ ਦੱਸ ਸਕਦਾ ਹੈ ਜਾਂ ਤੁਸੀਂ ਉਹਦੀ ਵੈਬਸਾਈਟ ਤੋਂ ਚੈੱਕ ਕਰ ਸਕਦੇ ਹੋ ਕਿ ਮੈਂ ਕੋਰਸ ਤੇ ਐਡਮਿਸ਼ਨ ਲੈਣੀ ਆ ਮੇਰੀ ਪਰਸੈਂਟੇਜ ਕੀ ਹੋਣੀ ਚਾਹੀਦੀ ਆ ਮੇਰਾ ਆਇਲਟ ਸਕੋਰ ਕੀ ਹੋਣਾ ਚਾਹੀਦਾ ਉੱਥੇ ਡਿਵੀਜ਼ਨ ਫੀਸ ਕਿੰਨੀ ਆ ਉਹਦੇ ਲਈ ਤੁਹਾਨੂੰ ਬੈਂਕਿੰਗ ਕਿੰਨੀ ਦੇਣੀ ਪਊਗੀ ਤੇ ਜੀਐ ਸਾਰਾ ਬਸ ਇਸ ਚੀਜ਼ ਨੂੰ ਆਪਾਂ ਫੋਲੋ ਕਰਨਾ ਹੈ ਤੇ ਕਦੀ ਵੀ ਬੱਚਾ GST ਦੇ ਵਿੱਚ ਕਦੀ ਨਹੀਂ ਫਸਦਾ ਇਸ ਕਰਕੇ ਪੇਪਰ ਵਰਕ ਦਾ ਸਾਰਾ ਤੁਹਾਡਾ ਖੇਡ ਹੈ ਜਦੋਂ ਤੁਸੀਂ ਪੇਪਰ ਵਰਕ ਤਰੀਕੇ ਨਾਲ ਦਿੰਨੇ ਹੋ ਔਰ ਤੁਹਾਨੂੰ ਪਤਾ ਹੁੰਦਾ ਕਿਸ ਡਾਇਰੈਕਸ਼ਨ ਤੇ ਕਿੱਥੇ ਅਪਲਾਈ ਕਰਨਾ ਹੈ ਫਿਰ ਕਦੀ ਵੀ ਬੱਚੇ ਨੂੰ ਇਹਨਾਂ ਚੀਜ਼ਾਂ 'ਚ ਉਲਝਣਾ ਨਹੀਂ ਪੈਂਦਾ ਤੇ ਮੈਮ ਹੁਣ ਆਪਾਂ ਗੱਲ ਕਰਦੇ ਹਾਂ USA ਦੀ ਹੈਨਾ USA ਇਹਨਾਂ ਜਿਆਦਾ ਇਸ ਟਾਈਮ ਪਪੂਲਰ ਹੈਗਾ ਸਟੂਡੈਂਟ ਪਹਿਲਾਂ ਜਦੋਂ ਅਮਰੀਕਾ ਦਾ ਨਾਮ ਆਉਂਦਾ ਸੀ ਤਾਂ ਬੱਚੇ ਨੂੰ ਲੱਗਦਾ ਸੀ ਕਿ ਸ਼ਾਇਦ ਦੋ ਨੰਬਰ 'ਚ ਹੀ ਅਮਰੀਕਾ ਯੂ ਐਸ ਏ ਜਾਇਆ ਜਾਂਦਾ ਹੈ ਨਾ 40-50 ਲੱਖ ਰੁਪਿਆ ਲਾਉਂਦੇ ਸੀਗੇ ਕਿੰਨੇ-ਕਿੰਨੇ ਮਹੀਨੇ ਰਸਤਿਆਂ ਦੇ ਵਿੱਚ ਪਰੇਸ਼ਾਨ ਹੁੰਦੇ ਉਸ ਤੋਂ ਬਾਅਦ ਵੀਜ਼ਾ ਆਉਂਦਾ ਪਰ ਅੱਜ ਦੇ ਟਾਈਮ ਦੇ ਵਿੱਚ ਯੂ ਐਸ ਸਟੂਡੈਂਟ ਵੀਜ਼ਾ ਵੀ ਬੜਾ ਪਪੂਲਰ ਹੈ ਬਹੁਤ ਸਾਰੇ ਸਟੂਡੈਂਟ ਅਪਲਾਈ ਕਰ ਰਹੇ ਆ ਇੰਟਰਵਿਊਸ ਦੇਣ ਜਾ ਰਹੇ ਆ ਕਿਸ ਤਰ੍ਹਾਂ ਦੀਆਂ ਅਪਡੇਟਸ ਨੇ ਯੂ ਐਸ ਸਟੱਡੀ ਵੀਜ਼ਾ ਨੂੰ ਲੈ ਕੇ ਅੱਛਾ ਸਕਸੈਸ ਰੇਟ ਆ ਉਹਦੇ ਵਿੱਚ ਇੱਕ ਤਾਂ ਇਹ ਆ ਕਿ ਬੱਚੇ ਨੂੰ ਕਲੀਅਰ ਰਹਿੰਦਾ ਕਿ ਉਹ ਇੰਟਰਵਿਊ ਖੁਦ ਦੇ ਕੇ ਆਇਆ ਹੁੰਦਾ ਕਿ ਉਹਦੀ ਰਿਜੈਕਸ਼ਨ ਦੇ ਕੀ ਰੀਜਨਸ ਨੇ ਕੀ ਕਾਰਨ ਨੇ ਤੇ ਬੱਚੇ ਨੂੰ ਅਵੇਅਰਨੈਸ ਵੀ ਰਹਿੰਦੀ ਆ ਬੱਚਾ ਆਪਣੇ ਫਾਈਲ ਦੇ ਨਾਲ ਆਪਣੇ ਡਾਕੂਮੈਂਟਸ ਦੇ ਨਾਲ ਵੀ ਜੁੜਿਆ ਰਹਿੰਦਾ ਕਿ ਕੀ ਪੇਪਰ ਵਰਕ ਚੱਲ ਰਿਹਾ ਕਿ ਡਾਕੂਮੈਂਟਸ ਜਾ ਰਿਹਾ ਕਿਸ ਬੇਸ ਤੇ ਉੱਤੇ ਮੇਰੀ ਫਾਈਲ ਅਪਲਾਈ ਹੋ ਰਹੀ ਆ ਯੂ ਐਸ ਏ ਦਾ ਸਿਸਟਮ ਬਹੁਤ ਅੱਛਾ ਹੈ ਜਿਹੜੇ ਬੱਚੇ ਫੋਲੋ ਕਰਕੇ ਅਪਲਾਈ ਕਰਦੇ ਆ ਉਹਨਾਂ ਨੂੰ ਪਤਾ ਹੀ ਆ ਕਿ ਚਾਹੇ ਤੁਹਾਡਾ 5 ਸਾਲ ਦਾ ਗੈਪ ਆ ਚਾਹੇ 7 ਸਾਲ ਦਾ ਗੈਪ ਹੈ ਤੁਸੀਂ ਵਿਦਆਊਟ ਆਇਲਟਸ ਵੀ ਅਪ 200 फीस ਦੇ ਕੇ ਹੀ ਸਿਰਫ ਤੁਸੀਂ ਅਪਲਾਈ ਕਰਨਾ ਹੈ ਟਿਊਸ਼ਨ ਫੀਸ ਤੁਹਾਡੀ ਆਫਟਰ ਵੀਜ਼ਾ ਰਹੂਗੀ ਪਲੱਸ 2 ਦੇ ਵਿੱਚੋਂ ਚਾਹੇ ਤੁਹਾਡੇ 50% ਨੇ ਉਹ ਵੀ ਬੱਚੇ ਅਪਲਾਈ ਕਰ ਸਕਦੇ ਨੇ ਜਿਹੜੇ ਬੱਚੇ ਅੱچھے ਪਰਸੈਂਟੇਜ ਵਾਲੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਮਾਸਟਰ ਤੇ ਲਈ ਜਾਣਾ ਚਾਹੁੰਦੇ ਨੇ ਸਕਾਲਰਸ਼ਿਪ ਦੇ ਨਾਲ ਸਾਡੇ ਕੋਲ ਜਿਹੜੀਆਂ ਯੂਨੀਵਰਸਿਟੀਆਂ ਅਵੇਲੇਬਲ ਨੇ ਉਹਦੇ ਵਿੱਚ ਅਪਲਾਈ ਕਰਕੇ ਜਾ ਸਕਦੇ ਆ ਯੂਐਸਏ ਬੈਸਟ ਜਿਹੜੀ ਆਪਸ਼ਨ ਉਹਨਾਂ ਸਟੂਡੈਂਟਸ ਦੇ ਲਈ ਆ ਜਿਨ੍ਹਾਂ ਨੂੰ ਰੀਪਲੇਸਮੈਂਟ ਚਾਹੀਦੀ ਆ ਕਿ ਕੱਲ ਨੂੰ ਸਾਨੂੰ ਜੌਬਸ ਆਰਟਿਸ ਮਿਲ ਸਕਣ ਤੇ ਜਿਹੜੀ ਰੀਪਲੇਸਮੈਂਟ ਬਹੁਤ ਵੱਡੀ 빅 ਪਲੇਸ ਆ ਉਹ ਯੂ ਐਸਏ ਆ ਉਹ ਤੋਂ ਬਹੁਤ ਅੱਛੇ ਅੱਛੇ ਕੰਪਨੀਆਂ ਜਿਹੜੀਆਂ ਰੀਪਲੇਸਮੈਂਟ ਕਰਦੀਆਂ ਨੇ ਇਸ ਕਰਕੇ ਸਭ ਤੋਂ ਜਿਹੜਾ ਅ ਬੱਚੇ ਨੂੰ ਅਪਰਚੂਨਿਟੀ ਵੱਧ ਹੈ ਉਹ ਯੂ ਐਸ ਏ ਦੇ ਵਿੱਚ ਹੀ ਮਿਲ ਸਕਦੀ ਆ ਤੇ ਯੂ ਐਸ ਏ ਹੁਣ ਮੋਸਟਲੀ ਸਟੂਡੈਂਟਸ ਦੀ ਬੈਸਟ ਡੈਸਟੀ ਬਣ ਚੁੱਕਿਆ ਹੈ ਸਟੂਡੈਂਟ ਜਾ ਰਹੇ ਨੇ ਅਪਲਾਈ ਕਰ ਰਹੇ ਨੇ ਜਿਹੜਾ ਇੱਕ ਸਟੂਡੈਂਟ ਵਾਕਈ ਸਟੱਡੀ ਕਰਨਾ ਚਾਹੁੰਦਾ ਹੈ ਉਹ ਸਾਡੇ ਕੋਲ ਯੂ ਐਸ ਏ ਲਈ ਅਪਲਾਈ ਕਰ ਰਿਹਾ ਹੈ ਜਿਵੇਂ ਬਹੁਤ ਬਹੁਤ ਧੰਨਵਾਦ ਜੀ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ